ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਇਹ ਸਾਰਾ ਤੁਹਾਡਾ ਉਪਰਾਲਾ ਹੈ, ਨੌਜਵਾਨਾਂ ਦਾ ਉਪਰਾਲਾ, ਦਸਤਾਰ ਮਾਰਚ ਇੱਕ ਚੇਤਨਾ ਇੱਕ ਲਹਿਰ ਪੈਦਾ ਕਰਨ ਦੇ ਲਈ ਇਹ ਦਸਤਾਰ ਦਾ ਮਹੱਤਵ ਕੀ ਹੈ, ਇਹ ਲੋਕਾਂ ਦੇ ਵਿੱਚ ਦੱਸਣ ਲਈ ਤੁਸੀਂ ਉਦਮ ਕਰਦੇ ਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਮੇਸ਼ਾ ਤੁਹਾਨੂੰ ਸਿੱਖੀ ਦੇ ਨਾਲ ਜੋੜੀ ਰੱਖਣ। ਨੌਜਵਾਨ, ਬੱਚੇ, ਬਜ਼ੁਰਗ ਇਹ ਸਿੱਖੀ ਵੀ ਨਹੀਂ, ਇਹ ਦਸਤਾਰ ਦੇ ਲਈ ਜਿਵੇਂ ਪਹਿਲਾਂ ਵੀ ਗੱਲ ਕਰਦੇ ਆਏ ਹਾਂ, ਬਹੁਤ ਵੱਡੀ ਘਾਲਣਾ ਘਲ ਲਈ ਕੇਵਲ ਜੋ ਕਰਦੀਆਂ ਆਈਆਂ। ਇਹ ਗੱਲ ਚੇਤਾ ਰੱਖਿਓ, ਇਹ ਦਸਤਾਰ ਸਾਰਿਆਂ ਨੂੰ ਚੁੱਭਦੀ ਹੈ ਅਤੇ ਆਉਣ ਵਾਲੇ ਸਮਿਆਂ ਤੱਕ ਸਾਨੂੰ ਕੁਰਬਾਨੀਆਂ ਕਰਦੇ ਰਹਿਣਾ ਪੈਣਾ ਇਹ। ਔਰ ਇਹ ਸਰਕਾਰਾਂ ਨੇ ਦੇਖ ਲਿਆ, ਇਹ ਸਰਕਾਰਾਂ ਨੇ ਸਾਡੇ 'ਤੇ ਹਰ ਵਾਰ ਸਾਡੇ 'ਤੇ ਜ਼ਬਰ ਜ਼ੋਰ ਕਰਕੇ ਦੇਖ ਲਿਆ। ਕੋਈ ਟਾਈਮ ਇੰਨਾ ਦਾ ਜਦੋਂ ਕਹਿੰਦੇ ਸਾਰਾ ਖਾਲਸਾ ਖਤਮ ਹੋ ਗਿਆ, ਸਿੱਖ ਬਚਿਆ ਕੋਈ ਨਹੀਂ, ਜਦੋਂ ਜੰਗਲਾਂ 'ਚ ਸਿੰਘ ਰਹਿੰਦੇ ਰਹੇ ਇਹਨਾਂ ਸਰਕਾਰਾਂ ਤੋਂ ਉਦੋਂ ਵੀ ਖਤਮ ਕਰ ਹੋਏ ਅਤੇ ਸਰਕਾਰਾਂ ਇਹ ਕੋਈ ਵਹਿਮ ਨਾ ਪਾਲਣ। ਇਹ ਦਸਤਾਰ ਇਸੇ ਤਰ੍ਹਾਂ ਕਾਇਮ ਰਹਿਣੀ ਹੈ ਅਤੇ ਇਹ ਦਸਤਾਰ ਦੁਨੀਆਂ ਦਾ ਕੋਈ ਕੋਨਾ ਇੱਦਾਂ ਦਾ ਨਹੀਂ ਬਚਿਆ ਜਿੱਥੇ ਇਹ ਦਸਤਾਰ ਪਹੁੰਚ ਨਹੀਂ ਗਈ। ਤੁਸੀਂ ਲੋਕਲ ਰੋਕਦੇ ਸੀ, ਤੁਸੀਂ ਇੱਥੇ ਰੋਕਦੇ ਸੀ, ਪਰ ਇਹ ਦਸਤਾਰ ਅੱਜ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਪਹੁੰਚ ਚੁੱਕੀ ਹੈ। ਮੈਂ ਬਹੁਤਾ ਸਮਾਂ, ਕਿਉਂਕਿ ਆਪਾਂ ਕਾਫੀ ਸਮਾਂ ਹੋ ਗਿਆ ਆਪਾਂ ਚੱਲਿਆ ਨੂੰ, ਮੈਂ ਬਹੁਤਾ ਨਾਮ ਸੁਣਨਾ ਚਾਹੁੰਦਾ ਹੋਇਆ। ਦੋ ਬੱਚੀਆਂ ਨੇ ਸ਼ਬਦ ਪੜ੍ਹਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰੀਆਂ ਸਿਫਤਾਂ ਚ ਗੂੰਜਦਾ ਪਿਆ, ਤੇਰੀਆਂ ਸਦਾ ਪਿਆ, ਤੇਰੀਆਂ ਸਿਫਤਾਂ ਚ ਗੂੰਜਦਾ ਪਿਆ, ਤੇਰੀਆਂ ਦਾ ਪਿਆ, ਤੇਰੀਆਂ ਥਾਂ ਵਿੱਚ ਤੂੰ ਹੈ, ਜਗ ਵਿੱਚ ਤੂੰ ਹੈ।
ਛਾਪ ਦੇ ਨਾਲ ਇਹ ਸੇਵਾ ਨਿਭਾ ਰਹੇ ਹਨ। ਇਸ ਵਰੇ ਤੁਹਾਡਾ ਚੌਥਾ ਮਾਰਗ ਹੈ, ਸਤਿਗੁਰੂ ਗ੍ਰੰਥ ਕਰਨ, ਤੁਹਾਨੂੰ ਹੋਰ ਬਖਸ਼ਿਸ਼ਾਂ ਕਰਨ। ਇਹ ਵੀਰ ਇਕੱਲਾ ਮਾਰਚ ਨਹੀਂ ਕਰਦੇ, ਸਾਰਾ ਸਾਲ ਪਹਿਲਾਂ ਦਸਤਾਰ ਸੇਵਾਵਾਂ ਦੀ ਮੁਫਤ ਸਿੱਖਿਆ ਦਿੰਦੇ ਨੇ ਔਰ ਥਾਂ ਪਰ ਥਾਂ ਜਾ ਕੇ ਦਿੰਦੇ ਨੇ ਔਰ ਇਸ ਜਿੱਦਣ ਦਿੰਦੇ ਨੇ ਕਿ ਅਸੀਂ ਦਸਤਾਰਾਂ ਵੀ ਕਰੋ। ਇੱਡੀ ਵੱਡੀ ਇਹਨਾਂ ਨੌਜਵਾਨਾਂ 'ਤੇ ਸਤਿਗੁਰੂ ਦੀ ਰਹਿਮਤ ਹੈ, ਕਿਉਂਕਿ ਇਹ ਇਤਿਹਾਸ ਦਾ ਉਹ ਵਿਸ਼ਾ ਹੈ ਜਿਹਦੇ ਬਾਰੇ ਆਪਾਂ ਜਾਣਕਾਰੀ ਬਹੁਤ ਘੱਟ ਰੱਖਦੇ ਹਾਂ। ਆਪਾਂ ਨੂੰ ਇੰਝ ਲੱਗਦਾ ਕਿ ਦਸਤਾਰ ਸਿਰਫ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵਾਰਸ ਹੀ ਸਿਉਂਦੇ ਜਾਂ ਸਾਨੂੰ ਇੰਝ ਲੱਗਦਾ ਕਿ ਸਤਿਗੁਰੂ ਨਾਲ ਹੀ ਸਾਨੂੰ ਇਹ ਬਖਸ਼ਿਸ਼ ਹੁੰਦੀ ਹੈ ਦਸਤਾਰ। ਪਰ ਜਦੋਂ ਆਪਾਂ ਇਤਿਹਾਸ ਵਾਸਤੇ ਹਾਂ ਕਿ ਇਹ ਦਸਤਾਰ ਤਾਂ ਸ਼ੁਰੂ ਹੋ ਗਈ ਮਨੁੱਖ ਦੇ ਨਾਲ ਜਾਂ ਜਾਂ ਤੋਂ ਪਹਿਰਾਵਾ ਆਇਆ। ਫਾਰਸੀ ਦਾ ਕਹਾਵਤ ਹੈ ਕਿ ਜੇ ਮਨੁੱਖ ਨੂੰ ਪਹਿਚਾਨਣਾ ਹੋਵੇ ਤਾਂ ਉਸਨੂੰ ਉਸਦੀ ਦਸਤਾਰ, ਉਸਦੀ ਕਰਤਾਰ, ਉਸਦੀ ਰਫਤਾਰ ਨੂੰ ਪਛਾਣੇ। ਫਾਰਸੀ ਗੱਲ ਹੈ ਆਪਣੇ ਪੰਜਾਬੀ ਅਤੇ ਕਦੋਂ ਦਾ ਆਪਣਾ ਹੋਵੇਗਾ ਆਪਾਂ ਨਹੀਂ ਪਤਾ। ਇਸ ਤੋਂ ਭਾਵ ਇਹ ਹੈ ਕਿ ਦਸਤਾਰ ਜਿਹੜੀ ਹੈ ਇਹ ਉਦੋਂ ਤੋਂ ਹੀ ਨਾਲ ਸੰਬੰਧਿਤ ਹੈ। ਪਹਿਚਾਨਣ ਦਾ ਮਤਲਬ ਜਦੋਂ ਦਸਤਾਰ ਦੀ ਗੱਲ ਹੈ ਪਹਿਰਾਵੇ ਦੀ, ਕਿ ਜਦੋਂ ਤੋਂ ਮਨੁੱਖ ਨੇ ਤਨ ਢੱਕਣਾ ਸ਼ੁਰੂ ਕੀਤਾ ਅਤੇ ਸਿਰ ਵੀ ਨਾਲੇ ਢੱਕਣਾ ਸ਼ੁਰੂ ਕੀਤਾ ਅਤੇ ਇਹ ਇੱਕ ਸਮਾਂ ਆਇਆ ਬੀਤਦਾ ਗਿਆ ਜਿਵੇਂ ਪਹਿਰਾਵਾ ਬਦਲਦਾ ਰਹਿੰਦਾ, ਇਸ ਦੀਆਂ ਸ਼ਕਲਾਂ ਬਦਲਦੀਆਂ ਗਈਆਂ ਅਤੇ ਇਹ ਇੱਜ਼ਤ ਦਾ ਪ੍ਰਤੀਕ ਬਣ ਗਿਆ। ਭਗਵਾਨ ਰਾਮਚੰਦਰ ਜੀ ਦੇ ਵੇਲੇ ਉਸ ਸਮੇਂ ਅਹਿਸਾਸ ਹੋਇਆ ਜਦੋਂ ਪਰਸ ਰਾਮ ਦੀ ਲੜਾਈ ਲਕਸ਼ਮਣ ਜੀ ਨਾਲ ਹੋਈ ਅਤੇ ਲਕਸ਼ਮਣ ਜੀ ਨੇ ਉਸ ਨੂੰ ਸਜ਼ਾ ਦੇ ਮੌਤ ਦੀ ਨਹੀਂ, ਜਦੋਂ ਕਿ ਮੌਤ ਦੀ ਸਜ਼ਾ ਦੇ ਸਕਦੇ ਸੀ, ਉਹਨਾਂ ਨੇ ਮੌਤ ਤੋਂ ਵੱਡੀ ਸਜ਼ਾ ਦਿੱਤੀ ਕਿ ਉਸਦੇ ਕੇਸ ਅੱਗੇ ਕਰ ਦਿੰਦੇ ਆ। ਉਹ ਦਸਤਾਰ ਤੋਂ ਮਨਾ ਹੋ ਗਿਆ ਅਤੇ ਉਸਨੇ ਵਿਦਵਾਨ ਤਾਂ ਉਹ ਹੈ ਹੀ ਸੀ, ਉਸਨੇ ਸੋਚਿਆ ਕਿ ਕਿਉਂ ਨਾ ਮੈਂ ਹੋਰ ਵੀ ਲੋਕਾਂ ਨਾਲ ਲਵਾ ਅਤੇ ਉਸਨੇ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਸਕਲ ਕਰਨ ਅਤੇ ਦਸਤਾਰ ਲਵਾਉਣ। ਸਭ ਤੋਂ ਪਹਿਲਾਂ ਸੰਤ ਇਹ ਵਜੀ ਸੀ ਇਸ ਪਹਿਰਾਵੇ ਅਤੇ ਫਿਰ ਇਸ ਤਰ੍ਹਾਂ ਹੀ ਸਮਾਂ ਚੱਲਦਾ ਆ ਰਿਹਾ। ਮੈਂ ਬਹੁਤਾ ਲੰਬਾ ਸਮਾਂ ਨਹੀਂ ਕਰਦਾ, ਮੇਰੇ ਕੋਲ ਸਮਾਂ ਘੱਟ ਹੈ, ਦਸਤਾਰ ਤੋਂ ਬਾਅਦ ਕਰ ਸਕਦੇ ਹਾਂ ਆਪਾਂ। ਪਰ ਜਦੋਂ ਮੁਗਲਾਂ ਦਾ ਰਾਜ ਆਇਆ, ਮੁਗਲਾਂ ਨੇ ਗੁਲਾਮਾਂ ਨੂੰ ਦਸਤਾਰ ਸਿਵਾਉਣ ਤੋਂ ਮਨਾ ਕਰਤਾ। ਇਹ ਸ਼ਸਤਰ ਨਹੀਂ ਰੱਖ ਸਕਦੇ, ਇਹ ਘੋੜੇ ਨਹੀਂ ਰੱਖ ਸਕਦੇ, ਇਹ ਸਿਰ 'ਤੇ ਦਸਤਾਰ ਨਹੀਂ ਸਕਦੇ ਅਤੇ ਸਤਿਗੁਰਾਂ ਨੇ ਖਾਸ ਕਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਇਹ ਚੀਜ਼ਾਂ ਸਾਡੇ ਲਈ ਲਾਜ਼ਮੀ ਕਰ ਦਿੱਤੀਆਂ ਅਤੇ ਨੱਥਿਆ ਅਤੇ ਅਬਦੁੱਲਾ ਜਿਹੜੇ ਸਭ ਤੋਂ ਪਹਿਲੇ ਢਾਡੀ ਹੋਏ ਆ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਦਰਬਾਰ ਦੇ, ਗੁਰੂ ਸਾਹਿਬ ਨੇ ਜਦੋਂ ਢਾਡੀ ਬਾਰਾਂ ਆਰੰਭ ਕੀਤੀਆਂ ਅਤੇ ਬਾਬਾ ਬਿੰਦੀ ਚੰਦ ਜੀ ਨੇ ਆਪਣੇ ਪਿੰਡੋਂ ਮਰਾਸੀਆਂ ਨੂੰ ਸੱਦ ਕੇ ਵਾਰਾਂ ਗੋਲੀਆਂ ਅਤੇ ਉਹਨਾਂ ਨੇ ਗੁਰੂ ਪਾਤਸ਼ਾਹ ਦੀ ਸਿਰਫ ਵਿੱਚ ਜਿਹੜੀ ਵਾਰ ਗਾਈ ਜਾਂ ਸੰਦ ਗਾਇਆ ਉਸਦੀ ਆਰੰਭਤਾ ਇੱਥੋਂ ਕੀਤੀ ਕਿ ਦੋ ਦਰਬਾਰੀ ਬੰਦੀਆਂ ਇੱਕ ਪੀਲੀ ਦੀ ਇੱਕ ਮੀਲੀ ਦੀ ਅਤੇ ਉਸਦੀ ਸਮਾਪਤੀ ਕੀਤੀ। ਪੱਗ ਤੇਰੀ ਕੀ ਜਾਣਾਂ ਦੇ, ਦੇਖੋ ਇਹ ਸਮਝਣ ਦੀ ਲੋੜ ਆ। Yeah!
Oh,